ਸਾਡੇ ਨਾਲ ਦੇ ਚੱਲੇ ਆ ਵਾਈਡ ਐਂਗਲ ਹੀ ਆ ਨਾ ਮੈਂ ਸਾਡੇ ਨਾਲ ਦੇ ਚੱਲੇ ਆ ਯਾਰ ਸਾਰੇ ਤੇ ਸਾਨੂੰ ਦੋਨਾਂ ਨੂੰ ਕਹਿੰਦੇ ਚਲੋ ਅਸੀਂ ਉਲਝੇ ਪਏ ਹਾਂ ਹੁਣ 50-50 ਆ ਦੇਖਦੇ ਹਾਂ ਕੀ ਬਣਦਾ ਜਾ ਕੇ ਉਹਨੇ ਦੇ ਘਰੇ ਚੱਲੇ ਆ ਜੇ ਤਾਂ ਇਹਦੇ ਘਰਦਿਆਂ ਨੇ ਹਾਂ ਕਰਤੀ ਫਿਰ ਤਾਂ ਵੀ ਮੈਨੂੰ ਵੀ ਇਹਦੇ ਘਰਦਿਆਂ ਨੂੰ ਮਨਾ ਕੇ ਜਾਣਾ ਹੀ ਪੈਣਾ ਯਾਰ ਚੱਲ ਮਿਲਦੇ ਹਾਂ ਜੀ ਇਹਦੇ ਘਰ 'ਚ ਤਾਂ ਮੰਨ ਗਏ ਹੁਣ ਮੇਰੇ ਘਰੇ ਜਾ ਕੇ ਗਾਲਾਂ ਪੈ ਜਾਣੀਆਂ ਬਹੁਤ ਜ਼ਿਆਦਾ ਪਹਿਲਾਂ ਇਸ 'ਚ ਤੇਲ ਪਾ ਲਈਏ ਇਹ ਲੈ ਕੇ ਚੱਲੀ ਜਾਣਾ ਜੀ ਸਿਲੰਡਰ ਆਪਣਾ ਉਹਦੇ ਵਿੱਚ ਪਿਛਲਾ ਟੈਂਟ ਪਾਇਆ ਸੀਗਾ ਉਹ ਫੈਕਚਰ ਹੋ ਗਿਆ ਹੁਣ ਯਾਰ ਐਂ ਸੋਚੀ ਜਾਂਦੇ ਹਾਂ ਕੀ ਕੀਤਾ ਜਾ ਬੜਾ ਚੱਕਰ ਬੁੱਢਾ ਕੋਲ ਦੀ ਫੋਜ ਓ ਤੂੰ ਉੱਧਰ ਚੱਲ ਓਏ ਭਰਾਵਾ ਆ ਮੈਂ ਕਿਸੇ ਕਿਸੇ ਇਹਨਾਂ ਨੂੰ ਵੀ ਨਾਲ ਲੈ ਚੱਲ ਪਿਆ ਗਿਆ ਤੂੰ ਤੇ ਪਾ ਕਰੇ ਜਾਣਾ ਤੇਰੀ ਮਾਤਾ ਨੂੰ ਤਾਂ ਮੈਂ ਬਣਾ ਲੂੰ ਦੇਖ ਲੈ ਆ ਇਹ ਬਣਾਊਗਾ ਦੇਖ ਲਾ ਮਾਤਾ ਕੀ ਕਹਦਾ ਆਂਟੀ ਮੰਨਈ ਹੋਈ ਜਵਾਕ ਆਈ ਅਸੀਂ ਤਾਂ ਘਰ ਦੇ ਮੰਨ ਗਏ ਜੇ ਲਾਇਆ ਬਹੁਤ ਮੁਸ਼ਕਿਲ ਨਾਲ ਆ ਬੰਦੇ ਨੇ ਜ਼ੋਰ ਲਾਇਆ ਸਾਰਾ 10 ਵੱਜ ਗਏ ਨੇ ਭਰਾਵਾ ਹਲ ਤੱਕ ਤੁਰੇ ਨਹੀਂ ਅਸੀਂ 10 ਵੱਜ ਚੁੱਕੇ ਆ ਤੁਰੇ ਨਹੀਂ ਅਜੇ ਵਿੱਚ ਬਹੁਤ ਸਮਾਨ ਸੱਲਾ ਪਿਆ ਮੇਰਾ ਬੈਗ ਲਾ ਕੇ ਲੈ ਵੀ ਮਿੱਤਰਾ ਮੇਨ ਤਾਂ ਪਾਵਰ ਬੈਂਕ ਹੀ ਪਿਆ ਮੇਰਾ ਲੈ ਨਾਟਕ ਸੀ ਹੁਣ ਚਲੋ ਯਾਰ ਚੱਲੀਏ ਉਹ ਵੀ ਕਰਾਉਣ ਗਿਆ ਉਹਦਾ ਮੂੰਹ ਤਾਂ ਆ ਜਾਂਦੇ ਹੁਣ ਹਰਸ਼ ਨੂੰ ਕਾਲ ਜੀ ਕਾਲ ਇਹ ਸਹੀ ਬੋਲਦਾ ਸਾਡੇ 9 ਹੋ ਗਏ ਪੂਰੇ ਹਨਾ ਯਾਰ ਸਵੇਰ ਦੇ ਇਹਨਾਂ ਨੂੰ ਕਹੀ ਹਨਾ ਤੁਰਦੀ ਨਹੀਂ ਮੇਰੇ ਤੁਰਦੀ ਨਹੀਂ ਯਾਰ ਗਲਤ ਗੱਲ ਆ ਹਜੇ ਸਾਡੇ ਕੰਮ ਚੱਲੀ ਜਾਂਦਾ ਇੱਕ 4 ਵਜੇ ਆਏ ਸੀ 4 ਵਜੇ ਤੇ ਆਇਆ ਸਾਡੇ 9 ਹੋ ਗਏ ਜਾਣਾ ਸੀ ਇੱਕ ਤਾਂ ਪਰਨਾ ਬੰਨੀ ਜਾਂਦਾ ਯਾਰ ਗਲਤ ਗੱਲ ਆ ਯਾਰ ਖਰਾਬ ਹੋ ਜਾਂਦੇ ਮੌਕੇ ਤੇ ਕਈਆਂ ਦੇ ਮੋਟਰਸਾਈਕਲ ਖਰਾਬ ਹੋ ਜਾਂਦੇ ਮੌਕੇ ਤੇ ਇੱਧਰ 2 ਤਿਆਰ ਹੋਏ ਵੇ ਯਾਰ 2 ਕਿ ਹੋਰ ਹੈ ਤੀਜਾ ਕਿੱਧਰ ਗਿਆ ਓਏ ਇੱਕ ਉਹ ਖੜਾ ਗਾ ਸਟੈਬਿਲਿਟੀ
ਚੱਕਰ ਪਿੰਡ ਜਾਊਗਾ ਯਾਰ, ਇਹ ਸਿੱਧਾ ਹੀ ਜਾਣਾ। ਭਾਈ ਲੰਗਰ ਛਕਣ ਆ ਗਏ ਆ, ਬਾਈ ਜੀ ਗੋਲੀ ਦੇ ਦਿਨ ਚਾਹ ਪਾਣੀ ਛੱਕ ਕੇ ਫਿਰ ਜਾਂਦੇ ਆ ਗੇ, ਅੱਗੇ ਤੁਰਦੇ ਆ, ਬਾਕੀ ਤੁਹਾਨੂੰ ਅੱਗੇ ਦਿਖਾਉਂਦੇ। ਚਲੋ ਜੀ ਫਿਰ ਚੱਲ ਪਏ ਅਸੀਂ ਚਾਹ ਪਾਣੀ ਛੱਕ ਕੇ, ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਰੋਕਣਾ ਹੀ ਪੈਣਾ ਇਹ ਆਪਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਲੰਗਰ ਵੇਲੇ ਜ਼ਰੂਰ ਰੋਕਣਾ ਜੀ ਸਾਰਿਆਂ ਨੇ, ਸਾਰੇ ਵਾਰੀ ਵਾਰੀ ਲੰਗਰ ਵਾਲੀ ਗੱਲ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਡੀ ਲੰਗਰ ਸੋਧ ਕਮਾਂਡੋ ਫੋਰਸ ਸਾਰੀ ਟੀਮ ਨਾਲ ਆਈ ਤਾਂ ਹਰੇਕ ਆਪਾਂ ਲੰਗਰ ਤੇ ਲੁਕਣਾ। ਲੰਗਰ 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 ਚਲੋ ਜੀ, ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਹੀ ਇਹਦਾ ਰੇਸਾ ਰੂਸਾ ਹੀ ਚੱਲੀ ਆਪਣਾ ਹੋ ਗਿਆ ਪਿੱਛੇ ਰਹਿੰਦੇ ਕਹਿੰਦੀ ਆ ਗਿਆ ਆਪਣੇ ਬੰਦੇ ਪਿੱਛੇ ਹੁਣ ਨਹੀਂ ਤਾਂ ਬਿੱਤੇ ਜੀ। ਪਹੁੰਚ ਚੁੱਕੇ ਹਾਂ ਸਾਰੇ ਜਾਣੇ, ਬੀਕਾ ਖੜਾ ਦਿੱਤੇ ਆਪਾਂ, ਦੇਖਦੇ ਅੱਗੇ ਆ ਕੇ ਮਾਲ ਕੀ ਬਣਦਾ। ਮਾਲ ਦਾ ਬਹੁਤ ਗਰਮ ਆ, ਘੈਂਟ ਪੂਰਾ ਘੈਂਟ ਕਰ ਕੀਤਾ। ਪਹੁੰਚ ਚੁੱਕੇ ਹਾਂ ਬੇਸਮੈਂਟ ਚ ਸਾਰੇ ਜਾਣੇ, ਕਹਿੰਦੇ ਤਲਵੰਡੀ ਪਹੁੰਚ ਚੁੱਕੇ ਹਾਂ ਸਾਰੇ ਜਾਣੇ।
ਬੋਲ ਵੀ ਕਹਿਣਾ ਚਾਹੁੰਦਾ ਤੂੰ ਕੁਛ? ਮੈਂ ਕਹਿਣਾ ਚਾਹੁੰਦਾ ਜੀ ਅਸੀਂ ਨਾ ਬਹੁਤ ਮੁਸ਼ਕਿਲ ਨਾਲ ਇੱਥੇ ਪਹੁੰਚੇ ਹੈਗੇ। ਹੁਣ ਹੁਣ ਅਸੀਂ ਰਗੜਾ ਰੁਗੜਾ ਪੀ ਕੇ ਤੇ ਫਿਰ ਚੰਡੋਲ ਤੇ ਚੜ੍ਹਦੇ ਹਾਂ ਜੀ। ਮੈਨੂੰ ਜੀ ਮੇਰੇ ਜਦੋਂ ਜਵਾਕ ਗੁੰਮ ਜਾਂਦੇ ਆ ਮੈਨੂੰ ਬਹੁਤ ਦੁੱਖ ਹੁੰਦਾ। ਮੈਂ ਪੂਰਾ ਪ੍ਰਯਾਸ ਕਰਦਾ ਮੈਂ ਇਹਨਾਂ ਦਾ ਹੱਥ ਫੜ ਕੇ ਰੱਖਾਂ, ਦੋਵਾਂ ਦੇ ਹੱਥ ਫੜ ਹੀ ਰੱਖੇ ਜੀ। ਚਲੋ ਬਾਲੀ ਨਾ ਪੀਓ ਭਰਾਵੋ, ਕਿਉਂ ਹਾਲੀ ਕੋਈ ਨੀ ਹੈਗਾ। ਬਾਬੇ ਬਾਬਾ ਮੱਖਣੀ ਆ ਸਿੱਟੇ ਆ ਫੜ ਯਾਰ ਤੂੰ ਲਮਕਣਾ ਬਸ 10 ਸਕਿੰਟ ਰਹਿ ਗਏ, 10 ਸਕਿੰਟ ਰਹਿ ਗਏ, ਰਹੀ 10 ਗਏ। ਜਿਮ ਲਾਏ ਦਾ ਕੋਈ ਫਾਇਦਾ ਨੀ, 12 ਵਾਲੀ ਡਾਇਟ ਦਾ ਕਮਾਲ। 75 ਚੱਲ ਦੇਖਦੇ ਹਾਂ। ਤੂੰ ਲਮਕ ਯਾਰ, ਤੂੰ ਲਮਕ, ਆ ਬਾਈ ਲਮਕ ਰਾਜਾ ਦੇਖਣ ਆ ਗਏ ਮੁੰਡੇ। ਕੀ ਕਰਨਾ, ਟਾਨੇ ਲਾਏਗਾ ਅੱਜ? ਕੀ ਜਿੱਤ ਕੇ ਜਾਏਗਾ ਇਹਨਾਂ ਚੋਂ? ਅੱਧੇ ਘੰਟੇ ਬਾਅਦ ਚੈੱਕ ਕਰਿਓ ਗਾਇਸ, ਸਾਰਿਆਂ ਨੇ ਮੂੰਹ ਚੱਕ ਰੱਖਿਆ, ਵੋਟਾਂ ਪੈ ਰਹੀਆਂ ਗਾਇਸ ਇੱਧਰ ਵੋਟਾਂ। ਕੀ ਕਰਨਾ ਆਪਾਂ, ਕਿਵੇਂ ਕਰਨਾ ਬਾਈ? ਬਾਬੇ 10 ਮਿੰਟ ਲਾ ਦਿਓ, ਫਿਰ ਕਿਸ਼ਤੀ ਜੀ ਵਜਾਏ ਦੇ ਕਿਹਦੇ ਚ ਬੱਚੇ ਜਾ ਚੰਡੋਲ ਚ ਜਾਂ ਫਿਰ ਇੱਥੇ ਟੀ ਚ। ਬਹੁਤ ਸੋਹਣਾ ਸਜਾਇਆ ਹੋਇਆ ਹੈ। ਲੰਗਰ ਖਾਣ ਆ ਗਏ ਫਿਰ, ਲੰਗਰ ਸਾਡਾ ਬੰਦਾ ਪੀਆ ਖਵਾ ਰਿਹਾ ਸਾਨੂੰ, ਬੰਦਾ ਪੀਆ ਖਵਾ ਰਿਹਾ, ਉਹਦੇ ਕੋਈ ਦੋਸਤ ਮਿਲ ਗਿਆ ਉਹਦੇ ਚੱਲਿਆ। ਸਤਰੀ ਆਈ ਡੀ ਨਹੀਂ ਬਲੌਗਰ ਪੀਆ ਖਾ ਗਿਆ।
ਹੋ ਗਿਆ ਬਾਈ? ਹਾਂ ਬਾਈ ਹੋ ਗਿਆ। ਅਰੇ ਪੀਏ ਖਾਵਾਂਗੇ ਯਾਰ, ਪੀਏ ਖਾਵਾਂਗੇ ਹੋਰ ਕੀ ਹੋਈ, ਪੀਏ ਖਾਂਦੇ ਹੋਏ ਸਾਰੇ ਅਸੀਂ ਨਿਗਾਹ ਚੱਕ ਕਰ ਕੱਲ ਤੇ ਨਿਗਾਹ ਕੱਲ ਤੇ ਨਿਗਾਹ ਫਿਰ ਗੇੜਾ ਗੁੜਾ ਮਾਰਨ ਆ ਗਏ। ਹੁਣ ਮਾਹੌਲ ਥੋੜਾ ਸ਼ਾਂਤ ਹੋ ਗਿਆ ਨਾ ਯਾਰ। ਅੱਛਾ ਯਾਰ ਮੈਂ ਜਮੀਸ ਕੁਛ ਨੀ ਹੋਇਆ ਮੈਨੂੰ ਤਾਂ ਯਾਰ, ਦੇਖਦਾ ਕੀ ਬਣਦਾ ਪਹਿਲਾਂ ਹੀ ਪੀਤਾ ਗੇੜੀ ਲਾਉਣ ਆ ਚੁੱਕੇ ਅਸੀਂ ਖੰਡਾ ਚੌਂਕ, ਬੜਾ ਸੋਹਣਾ ਇੱਧਰ ਮਾਰਿਆ ਉਹਨੇ ਗੇੜਾ ਲੋ ਜੀ ਅਸੀਂ ਤਾਂ ਚੱਲੇ ਹਾਂ ਕਿਤੇ ਹੋਰ, ਕਹਿੰਦੇ ਰੂਮ ਦਾ ਇੰਤਜ਼ਾਮ ਕੀਤਾ ਕਿਤੇ ਏ ਸੀ ਊਸੀ ਪਤਾ ਨਹੀਂ, ਉਹ ਜਾ ਕੇ ਪਤਾ ਲੱਗਣਾ ਮੈਂ ਆ ਕੇ ਘੇਰੀ ਚੱਲੇ ਖਿੱਚ ਕੇ ਆਪਾਂ ਨੂੰ ਵੀ ਜਾਣਾ ਪੈਣਾ ਤੇਜ਼ ਹੁਣ। ਚਲੋ ਠੀਕ ਹੈ ਮਿੱਤਰੋ, ਅੱਗੇ ਆ ਕੇ ਮਿਲਦੇ ਹਾਂ। ਪਤਾ ਲੱਗਦਾ ਜੀ ਸਾਡੇ ਨਾਲ ਧੋਖਾ ਹੋ ਗਿਆ, ਵੈਸੇ ਕਿਹੜਾ ਬਣਾਉਣ ਲਿਆ। ਦੇਖੋ ਕੀ ਬਣਦਾ ਮੱਥਾ ਟੇਕਣ ਜਾ ਰਹੇ ਹੁਣ ਅਸੀਂ, ਸੰਗਤਾਂ ਦਾ ਛੁੱਟੀਆਂ ਵੀ ਹੁੰਦਾ ਸਾਰੇ ਆ ਕੇ ਮੈਚ ਜਾਣਾ, ਬੜੀ ਥੱਕ ਚੁੱਕੇ ਹਾਂ। ਇੱਕ ਆਹ ਬੰਦਾ ਸਾਡਾ ਪੈਰਾਂ 'ਚ ਪਿਆ, ਦੋ ਜਾਣੇ ਸਾਡੇ ਪੈਸੇ ਕਿੱਧਰ ਜਾ ਰਹੇ ਹਾਂ, ਸਾਰੇ ਜਾਣ ਉੱਥੇ ਭਰਾ ਥੱਕ ਕੇ ਹੁੰਦਾ ਇਹ ਤਾਂ ਪੈਂਦੇ ਆ। ਡੇਢ ਦੋ ਵੱਜ ਚੁੱਕੇ ਆ, ਕਿੰਨਾ ਟਾਈਮ ਹੋ ਗਿਆ ਤਾਂ ਹੋਏ ਟਾਈਮ ਹੋ ਚੁੱਕਿਆ ਜੀ, 1:40 ਹੋਣ ਵਾਲੇ ਆ ਜੀ, 1:40 ਹੋ ਚੁੱਕੇ ਆ। ਸੋਨੇ ਦੋ ਤਿੰਨ ਘੰਟੇ ਫਿਰ ਸੁਬਹ ਉੱਠ ਕੇ ਕਰਾਂਗੇ ਰੰਗ ਬਣਾਵਾਂਗੇ। The next morning ਇੰਨੀ ਠੰਡ ਹੈ ਵੀਰੇ, ਇੰਨੀ ਠੰਡ ਹੈ, ਗੈਨੀ ਜੀ ਉਹ ਨਹਾਉਣ ਜਾ ਰਹੇ ਨੇ।
ਕਹਿੰਦੇ ਮੁੰਡੇ ਉੱਠ ਚੁੱਕੇ ਆ, ਮੁੰਡੇ ਉੱਠ ਗਏ, ਮਜ਼ਾ ਉੱਠਿਆ ਨਾ ਬਈ। ਗੁੱਡ ਮਾਰਨਿੰਗ ਹੋ ਗਈ, ਗੁੱਡ ਮਾਰਨਿੰਗ ਹੋ ਗਈ। ਰਾਤ ਕੀ ਸੀਗਾ, ਮੈਂ ਫੋਨ ਰੱਖਣ ਗਿਆ ਔਰ ਬਈ ਜੀ ਆ ਤੂੰ ਬਈ ਇਹ ਤਾਂ ਕਿਆ ਹੋਇਆ ਬਈ, ਆਪੇ ਨੀਂਦ ਨਹੀਂ ਜ਼ਿਆਦਾ ਆਈ ਜਾਂਦੀ ਆ, ਬਹੁਤ ਜ਼ਿਆਦਾ ਨੀਂਦ ਆਈ ਜਾਂਦੀ ਆ ਕਾਹਦੇ ਕਿਆ ਸੋਚ ਰਿਹਾ ਇੱਧਰ ਬੈਠਾ ਬੈਠਾ ਵਾਪਸੀ ਕਰਨ ਲੱਗੇ ਹਾਂ ਮੇਰੇ ਵੀਰੇ।